ਵੀਰ ਜੀ, ਜਿਸ ਤਰ੍ਹਾਂ ਬਾਕੀ ਪਿੰਡਾਂ ਦੇ ਵਿੱਚ ਜਿਹੜਾ ਠੀਕਰੀ ਪਹਿਰਾ ਲਗਾਇਆ ਜਾ ਰਿਹਾ, ਅਤੇ ਤੁਹਾਡੇ ਜਿਹੜਾ ਠੀਕਰੀ ਪਹਿਰਾ ਇਹ ਕਿਸ ਦੀ ਬਦੌਲਤ ਲਗਾਇਆ ਜਾ ਰਿਹਾ? ਇਹ ਸਮੂਹ ਨਗਰ ਵਾਸੀਆਂ ਦੇ ਅਤੇ ਡੀ ਸੀ ਸਾਹਿਬ ਦੀ ਹਦਾਇਤ ਦੇ ਤਹਿਤ ਲਗਾਇਆ ਗਿਆ ਹੈ। ਅਤੇ ਜਿਹੜਾ ਇਹ ਠੀਕਰੀ ਪਹਿਰਾ ਜੀ, ਇਹਦਾ ਟਾਈਮ ਕੀ ਹੈ, ਕਿੰਨੇ ਤੋਂ ਕਿੰਨੇ ਵਜੇ ਤੱਕ ਲਗਾਇਆ ਜਾਂਦਾ? ਸੁਬਹਾ 24 ਘੰਟੇ ਜੀ, 8 ਤੋਂ 8 ਸੁਬਹਾ। ਜਿਹੜੇ ਰਾਤ ਵਾਲੇ ਬੰਦੇ ਹੋਰ ਹੁੰਦੇ ਕਿ ਤੁਸੀਂ ਕੋਈ ਹੁੰਦੇ ਸਰ? ਜੀ, ਇਹ 3 ਸ਼ਿਫਟਾਂ 'ਚ ਬੰਦੇ ਬਦਲੇ ਜਾਣਗੇ। ਅਤੇ ਜਿਹੜਾ ਤੁਸੀਂ ਬੰਦਾ ਐਂਟਰ ਕਰਦੇ ਹੋ, ਮੰਨ ਲਓ ਕੋਈ ਐਮਰਜੈਂਸੀ ਆ ਜਾਏ, ਉਹਨੂੰ ਲੰਘਣ ਦੀ ਇਜਾਜ਼ਤ ਦਿੰਦੇ ਆ ਕਿ ਨਹੀਂ? ਹਾਂਜੀ, ਉਹਨੂੰ ਦਿੰਦੇ ਆ ਇਜਾਜ਼ਤ, ਜੋ ਕਿ ਐਮਰਜੈਂਸੀ ਉਹਨਾਂ ਨੂੰ ਲਿਜਾਣਗੇ।